ਇਹ ਜਨਾਬ ਆਪਾਂ ਖੁਸ਼ੀ ਮਿਲਦੀ ਹੈ ਇਹਨਾਂ ਨਾਲ ਮਨਾ ਕੇ ਜੀ। ਠੀਕ ਹੈ ਜੀ, ਅਸੀਂ ਬਹੁਤ ਖੁਸ਼ ਹਾਂ। ਠੀਕ ਹੈ, ਸਾਰੇ ਭਾਈ ਭਰਾ ਮੇਰੇ ਇਹ ਵੀ ਖੁਸ਼ ਆ। ਠੀਕ ਹੈ, ਇਹਨਾਂ ਦੀਆਂ ਸੀਸਾਂ ਲੈਣੀਆਂ ਆਪਾਂ। ਪਰਮਾਤਮਾ ਅੱਗੇ ਅਰਦਾਸ ਕਰਨ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਰਹੀਏ। ਆਪਾਂ ਨੂੰ ਇਹ ਆਸ਼ੀਰਵਾਦ ਚਾਹੀਦਾ ਇਹਨਾਂ। ਕਿੰਨਵਾਂ ਜਨਮ ਦਿਨ ਹੈ? ਆਪਣਾ 57ਵਾਂ ਜੀ। ਹਾਂ, ਪਿਛਲੀ ਵਾਰੀ ਉੱਦਾਂ ਆਪਾਂ ਜਿੱਦਾਂ ਗਊਸ਼ਾਲਾ ਚਲੇ ਗਏ, ਕਿਪਸ ਮਾਰਕੀਟ ਚਲੇ ਗਏ, ਇੱਦਾਂ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਵੰਡ ਵੁੰਡ ਦੇਈਦਾ ਸਮਾਨ ਸਮਾਨ। ਕਿਹੜੀ ਜਗ੍ਹਾ ਰੇਟ? ਹਾਂਜੀ, ਖਾਣਾ ਅਤੇ ਫਿਲਮ, ਉਦੋਂ ਬਾਅਦ ਜੋ ਕੈਸ਼ ਮੇਰੇ ਕੋਲ ਸਰਿਆ ਮੈਂ ਦਊਂਗਾ ਸਾਰਾ। ਉਹੀ ਤਾਂ ਮੈਂ ਖੁਸ਼ੀ ਇਹਨਾਂ ਨੂੰ ਦੇਣੀ ਆ ਵੀ ਮੈਂ ਰਖਾਉਣਾ ਪਿਆ ਇਹਨਾਂ ਨੂੰ। ਇਹੀ ਮੈਨੂੰ ਖੁਸ਼ੀ ਹੋਈ ਹੈ ਵੀ ਮੈਂ ਸਾਰਿਆਂ ਨੂੰ ਬੁਲਾਇਆ। ਮੇਰਾ ਨਾਂ ਜੀ ਦੀਪਕ ਨੰਦ ਹੈ, ਵੈਸੇ ਮੈਨੂੰ ਸ਼ੰਕਰ ਕਹਿੰਦੇ। ਸਰ, ਅੱਜ ਵੱਖਰੀ ਤਰੀਕੇ ਨਾਲ ਜਨਮ ਦਿਨ ਮਨਾਇਆ ਜਾ ਰਿਹਾ ਵਾ, ਉਹ ਵੀ ਗਰੀਬ ਲੋਕਾਂ ਦੇ ਨਾਲ। ਇਹ ਜਨਾਬ ਆਪਾਂ ਨੂੰ ਖੁਸ਼ੀ ਮਿਲਦੀ ਹੈ ਇਹਨਾਂ ਨਾਲ ਮਨਾ ਕੇ ਜੀ। ਠੀਕ ਹੈ ਜੀ, ਅਸੀਂ ਬਹੁਤ ਖੁਸ਼ ਹਾਂ। ਠੀਕ ਹੈ, ਇਹ ਵੀ ਸਾਰੇ ਭਾਈ ਭਰਾ ਮੇਰੇ ਇਹ ਵੀ ਖੁਸ਼ ਆ। ਠੀਕ ਹੈ, ਇਹਨਾਂ ਦੀਆਂ ਸੀਸਾਂ ਲੈਣੀਆਂ ਆਪਾਂ। ਠੀਕ ਹੈ, ਇਹ ਪਰਮਾਤਮਾ ਅੱਗੇ ਅਰਦਾਸ ਕਰਨ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਰਹੀਏ। ਆਪਾਂ ਨੂੰ ਇਹ ਆਸ਼ੀਰਵਾਦ ਚਾਹੀਦਾ ਇਹਨਾਂ। ਕਿੰਨਵਾਂ ਜਨਮ ਦਿਨ ਹੈ ਸਰ? ਆਪਣਾ 57ਵਾਂ ਜੀ, 57। ਵੈਸੇ ਦਿਮਾਗ 'ਚ ਆ ਕੇ ਪਹਿਲਾਂ ਵੀ ਕਰਦੇ ਰਹੀਦਾ ਕੁਛ ਨਾ, ਪਹਿਲਾਂ ਵੀ ਇੱਦਾਂ ਦਾ ਵੀ ਕੁਛ ਕਰੀਦਾ, ਪਰ ਪਹਿਲਾਂ ਜਾਣੇ ਕਿ ਗੁੱਪ ਸ਼ੁੱਪ ਕਰੀਦਾ, ਐਰਕਾ ਜਿਹੜਾ ਮੈਂ ਕਿਹਾ ਜਿਹੜੇ ਮਾੜਾ ਜਿਹਾ ਤੜਕਾ ਤੁੜਕਾ ਲਾ ਦਈਏ ਵਧੀਆ। ਹਾਂਜੀ, ਹਰ ਸਾਲ ਇਸੇ ਤਰੀਕੇ ਨਾਲ ਜਨਮਦਿਨ ਮਨਾਉਂਦੇ ਹੋ? ਹਾਂ, ਪਿਛਲੀ ਵਾਰੀ ਉੱਦਾਂ ਆਪਾਂ ਜਿੱਦਾਂ ਗਊਸ਼ਾਲਾ ਚਲੇ ਗਏ, ਕਿਪਸ ਮਾਰਕੀਟ ਚਲੇ ਗਏ, ਇੱਦਾਂ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਵੰਡ ਵੁੰਡ ਦੇਈਦਾ ਸਮਾਨ ਸਮਾਨ। ਕਿਹੜੀ ਜਗ੍ਹਾ ਰੇਟ? ਹਾਂਜੀ, ਖਾਣਾ ਅਤੇ ਫਿਲਮ, ਉਦੋਂ ਬਾਅਦ ਜੋ ਕੈਸ਼ ਮੇਰੇ ਕੋਲ ਸਰਿਆ ਮੈਂ ਦਊਂਗਾ ਸਰ। ਕਿਹੜੀ ਜਗ੍ਹਾ ਰਹਿਣ ਵਾਲੇ ਹੋ ਜੀ? ਅਸੀਂ ਚੰਡੀਗੜ੍ਹ ਰੋਡ ਅੰਸਲ ਇਨਕਲੇਵ 'ਚ ਰਹਿਣ ਵਾਲੇ। ਹਾਂਜੀ, ਲੁਧਿਆਣਾ। ਫਿਲਮ ਡੇਨਿੰਗ ਉਹ ਪੁੱਛਿਓ ਕਿਹੜੀ ਫਿਲਮ ਹੈ, ਰਿਤਿਕ ਰੋਸ਼ਨ ਦੀ ਕਿਹੜੀ ਫਿਲਮ ਲੱਗੀ ਹੈ? ਫਾਈਟਰ, ਫਾਈਟਰ ਫਿਲਮ ਸਰ। ਉਹੀ ਤਾਂ ਮੈਂ ਖੁਸ਼ੀ ਇਹਨਾਂ ਨੂੰ ਦੇਣੀ ਆ ਵੀ ਮੈਂ ਰਖਾਉਣਾ ਪਿਆ ਇਹਨਾਂ ਨੂੰ। ਇਹੀ ਮੈਨੂੰ ਖੁਸ਼ੀ ਹੋਈ ਹੈ ਵੀ ਮੈਂ ਸਾਰਿਆਂ ਨੂੰ ਬੁਲਾਇਆ। ਬਸ ਵਧੀਆ, ਜੋ ਟਾਈਮ ਪਾਸ ਹੋ ਜਾਂਦਾ ਵਧੀਆ, ਭੋਲੇ ਨਾਥ ਦਾ ਸ਼ੁਕਰ ਆ। ਉਹ ਲੋਕ ਆਪਣੇ ਕਰਮ ਕਰਦੇ, ਆਪਾਂ ਆਪਣੇ ਕਰਮ ਕਰਦੇ ਹਾਂ। ਬਾਕੀ ਮੇਰੇ ਭਾਈ ਸਾਹਿਬ ਬੈਠੇ ਆ, ਦੱਸੋ ਸਾਰਿਆਂ ਨੂੰ। ਪਹਿਲਾਂ ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਰਾਧੇ, ਠਾਕੁਰ ਜੀ ਕਾ ਆਸ਼ੀਰਵਾਦ ਸਦਾ ਸਪਰ ਬਣਾ ਰਹੇ, ਬੰਕ ਕੇ ਬਿਹਾਰੀ ਕਿਰਪਾ ਸਦਾ ਸਪਰ ਬਣੀ ਰਹੇ। ਪਹਿਲਾਂ ਤਾਂ ਮੇਰੇ ਭਰਾ ਜੀ ਸ਼ੰਕਰ ਆਨੰਦ, ਜਿਨ੍ਹਾਂ ਦਾ ਅੱਜ ਜਨਮਦਿਨ ਹੈ, ਪਹਿਲਾਂ ਤਾਂ ਬਹੁਤ ਹੀ ਬਹੁਤ ਵਧਾਈ ਹੋਵੇ, ਕਿਉਂਕਿ ਇਹ ਵੀ ਸ਼ਹਿਰ ਦੇ ਇੱਕ ਸ਼ਹਿਰ ਦੇ ਨਾ ਪੰਜਾਬ ਦੇ ਕਹੂੰਗਾ ਕਿ ਇੱਕ ਨਾਮੀ ਬਿਜ਼ਨਸਮੈਨ ਹੈ। ਸੋਚ ਦੇਖੋ, ਇਹਨਾਂ ਨੇ ਪਿਛਲੇ ਹਫ਼ਤੇ 10 ਦਿਨ ਪਹਿਲਾਂ ਮੇਰੇ ਨਾਲ ਸ਼ੇਅਰ ਕੀਤੀ ਸੀ ਕਿ ਮੈਂ ਆਪਣਾ ਬਰਥਡੇ ਇਸ ਵਾਰੀ ਜਿੰਨੇ ਵੀ ਸ਼ਹਿਰ ਦੇ ਗਰੀਬ ਲੋਕ ਮੈਂ ਉਹਨਾਂ ਨਾਲ ਬਹਿ ਕੇ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਵਾ। ਔਰ ਦੇਖੋ, ਪਰਮਾਤਮਾ ਦੀ ਕਿਰਪਾ ਨਾਲ ਦੇਖੋ ਕਿੰਨੇ ਵਧੀਆ ਢੰਗ ਨਾਲ ਅੱਜ ਉਹ ਮੇਕਸ ਪਲਾਜ਼ਾ ਲੁਧਿਆਣਾ ਦੇ ਵਿੱਚ ਇਹ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਿਹਾ। ਉਹ ਕਿੰਨੀਆਂ ਦੁਆਵਾਂ ਲੈ ਰਹੇ ਨੇ, ਦੇਖੋ ਇਹ ਦੁਆਵਾਂ ਹਰ ਕੋਈ ਨਹੀਂ ਲੈਂਦਾ। ਔਰ ਸੋਚ ਦੇਖੋ ਇੰਨੀ ਵਧੀਆ ਕਿ ਪਰਮਾਤਮਾ ਨੇ ਦੇਖੋ ਕਿੱਦਾਂ ਆਸ਼ੀਰਵਾਦ ਰੱਖਿਆ ਹੋਇਆ। ਸਾਰਿਆਂ ਨਾਲ ਪਹਿਲਾਂ ਇਹਨਾਂ ਨੇ ਇਹਨਾਂ ਲੰਚ ਪਾਰਟੀ, ਉਸ ਤੋਂ ਬਾਅਦ ਫਿਲਮ ਦਿਖਾਉਣੀ ਹੈ, ਉਸ ਤੋਂ ਬਾਅਦ ਜੋ ਇਹਨਾਂ ਦੀ ਸਮਰੱਥਾ ਬਣਦੀ ਹੈ ਇਹਨਾਂ ਨੇ ਉੱਦਾਂ ਇਹਨਾਂ ਨੂੰ ਦਾਨ ਦੇਣਾ ਹੋਇਆ। ਮਤਲਬ ਇਹ ਕਹਿੰਦੇ ਕਿਰਪਾ ਪਰਮਾਤਮਾ ਦੀ, ਇੱਦਾਂ ਹੀ ਠਾਕੁਰ ਜੀ ਦੀ ਕਿਰਪਾ ਮੇਰੇ ਭੋਲੇ ਸ਼ੰਕਰ ਦੀ ਕਿਰਪਾ ਇੱਦਾਂ ਹੀ ਬਣੀ ਰਹੇ। ਔਰ ਪਰਮਾਤਮਾ ਦਿਨ ਦਿਨ ਵੀਡੀਓ ਕਾਲ ਕਰਦਾ, ਵੀਡੀਓ ਕਾਲ ਕਰਦਾ ਲੋਕਾਂ ਨੂੰ ਕੀ ਸੁਨੇਹਾ ਜਿਹੜੇ ਲੋਕ ਵੀਡੀਓ ਕਾਲ ਕਰਦੇ ਜਨਮ ਦਿਨ ਤੇ ਵੈਸੇ ਮੈਂ ਕਹਿੰਦਾ ਇਹ ਸਭ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ। ਤੁਸੀਂ ਦੇਖੋ ਕਿ ਅੱਜ ਲੁਧਿਆਣੇ ਦਾ ਉਹ ਮੇਕਸ ਪਲਾਜ਼ਾ, ਇਸ ਤੋਂ ਵੱਧ ਤੁਸੀਂ ਕੀ ਖੁਸ਼ੀ ਗਿਣੋਗੇ ਕਿ ਇੰਨਾ ਆਨੰਦ। ਔਰ ਤੁਹਾਨੂੰ ਪੱਤਰਕਾਰਾਂ ਦੇਖੋ ਦੇਖ ਕੇ ਵੀ ਕਿੰਨਾ ਆਨੰਦ ਆ ਰਿਹਾ ਹੋਣਾ ਇਸ ਚੀਜ਼ ਨੂੰ ਕਿ ਕਿੰਨੀ ਵਧੀਆ, ਮੈਂ ਕਹਿੰਦਾ ਸੋਚ ਹੈ ਇੰਨੀ ਵਧੀਆ ਸੋਚ ਕਿ ਮੈਂ ਆਪਣਾ ਜਨਮਦਿਨ ਮਨਾਵਾਂ। ਸਾਰਿਆਂ ਨਾਲ ਪਹਿਲਾਂ ਇਹਨਾਂ ਨੇ
ਗਊਸ਼ਾਲਾ, ਫਿਰ ਉਸ ਤੋਂ ਬਾਅਦ ਗਊਸ਼ਾਲਾ ਬਰਥਡੇ ਮਨਾ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਮੈਂ ਬਰਥਡੇ ਉੱਥੇ ਮਨਾਉਣਾ 12 ਇੱਕ। ਇਸ ਪਹਿਲਾਂ ਹੀ ਤਿਆਰੀ ਇਹਨਾਂ ਨੇ ਮੁਕੰਮਲ ਕਰ ਲਈ ਸੀਗੀ। ਔਰ ਦੇਖੋ ਪਿਛਲੇ ਹਫ਼ਤੇ ਇਹਨਾਂ ਨੇ ਸਪੈਸ਼ਲ ਅੰਮ੍ਰਿਤਸਰ ਬੱਸ ਵੀ ਭੇਜੀ ਰਾਮ ਤੀਰਥ, ਮਤਲਬ ਸੇਵਾ ਭਾਵ ਰੱਖਦੇ ਆ, ਸੇਵਾ ਭਾਵ। ਕਹਿੰਦੇ ਪਰਮਾਤਮਾ ਤਦ ਹੀ ਦਿੰਦਾ ਜੇ ਅਸੀਂ ਆਪਣੇ ਮਨਾਂ ਦੇ ਵਿੱਚ ਸੇਵਾ ਭਾਵ ਰੱਖਾਂਗੇ। ਔਰ ਉਹ ਇਹ ਸੇਵਾ ਭਾਵ ਸਾਡੇ ਸ਼ੰਕਰ ਭਾਈ 'ਚ ਹੈਗਾ। ਲੋਕਾਂ ਨੂੰ ਇਹੀ ਸੁਨੇਹਾ ਕਿ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਨਾ, ਬਰਥਡੇ ਮਨਾਉਣਾ, ਆਪਾਂ ਇਹਨਾਂ ਲੋਕਾਂ 'ਚ ਮਨਾਈਏ, ਇਹਨਾਂ ਲੋਕਾਂ 'ਚ ਖੁਸ਼ੀਆਂ ਮਨਾਈਏ, ਤਾਂ ਕਿ ਪਰਮਾਤਮਾ ਸਾਨੂੰ ਹੋਰ ਤਰੱਕੀ ਬਖਸ਼ੇ।